ਗੁੱਡ ਮਾਰਨਿੰਗ ਡੀਅਰ ਸਟੂਡੈਂਟਸ ਬੇਟਕ ਪੀਡੀਐਫ ਜਾਰੀ ਕੀਤੀ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਤੁਹਾਡੇ ਡਿਲੀਟਡ ਕੈਮਿਸਟਰੀ ਸਿਲੇਬਸ ਦੇ ਲਈ ਕਿਉਂਕਿ ਇਹ ਪੂਰਾ ਸਾਲ ਦੇਖੋ ਖਤਮ ਹੋਣ ਤੇ ਆ ਗਿਆ ਟੀਚਰ ਸਟੂਡੈਂਟਸ ਜਿਹੜੀ ਫਿਜ਼ੀਕਲ ਅਟਰੈਕਸ਼ਨ ਜਿਹੜੀ ਆ ਹੋ ਨਹੀਂ ਪਾਈ ਅਸੀਂ ਲੈਬ ਦੇ ਅੰਦਰ ਜਿਸ ਤਰੀਕੇ ਨਾਲ ਪ੍ਰੈਕਟੀਕਲ ਪਰਫਾਰਮ ਕਰਨੇ ਸੀ ਔਰ ਜਿਸ ਤਰੀਕੇ ਨਾਲ ਤੁਸੀਂ ਜਿਸ ਉਤਸ਼ਾਹ ਨਾਲ ਤੁਸੀਂ ਪਲਸ 1 ਜੀ ਸਾਇੰਸ ਚ ਐਡਮਿਸ਼ਨ ਲਿਆ ਸੀ ਔਰ ਜਿਸ ਤਰੀਕੇ ਨਾਲ ਤੁਹਾਡੀ ਆਸ਼ਾਵਾਂ ਦੇ ਨਾਲ ਅਸੀਂ ਖਰੇ ਉਤਰਨਾ ਸੀ ਪੜਨਾ ਸੀ ਪੜਾਣਾ ਸੀ ਉਹ ਸਾਰੀ ਗੱਲਬਾਤ ਅਗਰ ਨਹੀਂ ਹੋ ਪਾਈ ਤਾਂ ਕਿਤੇ ਨਾ ਕਿਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਵਿਦਆਉਟ ਟੀਚਰ ਜੋ ਸਟੂਡੈਂਟਸ ਹੈ ਉਹ ਇੰਨਾ ਅੱਛਾ ਨਹੀਂ ਕਰ ਪਾਏਗਾ ਕਿਉਂਕਿ ਇੱਕ ਐਗਜ਼ਾਮ ਦੀ ਤਿਆਰੀ ਕਰਨਾ ਪੂਰਾ ਸੈਸ਼ਨ ਜਿਹੜਾ ਹੈ ਉਸ ਦੀ ਪਲਾਨਿੰਗ ਜਿਹੜੀ ਆ ਕੀਤੀ ਜਾਂਦੀ ਆ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਅਸੀਂ ਸਮੇਂ ਸਮਿਤੀ ਜਿਹੜਾ ਹੈ ਉਹ ਐਵੈਲੂਏਸ਼ਨ ਕਰਦੇ ਆ ਤੇ ਫਾਈਨਲ ਐਗਜ਼ਾਮ ਤੱਕ ਪਹੁੰਚਦੇ ਆ ਹੁਣ ਬੇਟਾ ਅਗਰ ਅਸੀਂ ਕੰਪਲੀਟ ਸਿਲੇਬਸ ਜਿਹੜਾ ਨਹੀਂ ਕਰ ਪਾਏ ਤਾਂ ਅਸੀਂ ਵੀ ਟੈਨਸ਼ਨ ਚ ਸੀ ਕਿ ਕਿਸ ਤਰੀਕੇ ਨਾਲ ਹੋਏਗਾ ਤਾਂ ਸਾਡੀ ਔਰ ਤੁਹਾਡੀ ਮੁਸ਼ਕਲ ਨੂੰ ਹੱਲ ਕਰਦੇ ਹੋਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਬਹੁਤ ਸਾਰਾ ਕੈਮਿਸਟਰੀ ਦਾ ਸਿਲੇਬਸ ਜਿਹੜਾ ਹੈ ਉਸ ਨੂੰ ਡਿਲੀਟ ਕਰ ਦਿੱਤਾ ਹੈ ਤੁਹਾਡੇ ਫਾਈਨਲ ਐਗਜ਼ਾਮ ਦੇ ਲਈ ਹੁਣ ਅਸੀਂ ਇਹ ਸਿਲੇਬਸ ਜੋ ਡਿਲੀਟਡ ਸਿਲੇਬਸ ਹੈ ਇਸ ਨੂੰ ਨਹੀਂ ਕਰਨਾ ਪਰ ਹੁਣ ਤੁਸੀਂ ਕਨਫਿਊਜ਼ ਹੋ ਜਾਓਗੇ ਅਗਰ ਇਸ ਨੂੰ ਨਹੀਂ ਕਰਨਾ ਤਾਂ ਫਿਰ ਕਿਹੜਾ ਕਰਨਾ ਹੈ ਉਸ ਦੇ ਲਈ ਮੈਂ ਤੁਹਾਨੂੰ ਪਰਸੋਂ ਇੱਕ ਵੀਡੀਓ ਬਣਾ ਕੇ ਭੇਜ ਰਿਹਾ ਜੋ ਹਰ ਇੱਕ ਲੈਸਨ ਦੇ ਵਿੱਚੋਂ ਅਸੀਂ ਪੋਸ਼ਨ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਹੀ ਦੇਖ ਲੈਣੇ ਆ ਕਿ ਕੀ ਕੁਝ ਅਸੀਂ ਨਹੀਂ ਕਰਨਾ ਇਸ ਪੀਡੀਐਫ ਦੇ ਅੰਦਰ ਪਹਿਲਾ ਲੈਸਨ ਸਮ ਬੇਸਿਕ ਕਨਸੈਪਟ ਆਫ ਕੈਮਿਸਟਰੀ ਇਸ ਦੇ ਅੰਦਰ ਜੋ ਪੋਰਸ਼ਨ ਰਿਡਿਊਸ ਹੋ ਗਿਆ ਤੁਹਾਡੇ ਲਈ ਇਹ ਨੇਚਰ ਆਫ ਮੈਟਰ ਲਾ ਆਫ ਕੈਮੀਕਲ ਕੰਬੀਨੇਸ਼ਨ ਡਾਲਟਨ اٹੋਮਿਕ ਥਿਊਰੀ ਕਨਸੈਪਟ ਆਫ ਐਲੀਮੈਂਟ ਐਟਮਸ ਐਂਡ ਮੋਲੀਕਿਊਲ ਇਸ ਪੋਰਸ਼ਨ ਨੂੰ ਅਸੀਂ ਹੁਣ ਨਹੀਂ ਕਰਨਾ ਓਕੇ ਥੈਨ ਸਟਰਕਚਰ ਆਫ ਐਟਮ ਬੜਾ ਲੈਸਨ ਸੀ ਇਦੇ ਵਿੱਚੋਂ ਡਿਸਕਵਰੀ ਆਫ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਐਟੋਮਿਕ ਨੰਬਰ ਆਈਸੋਟੋਪ ਆਈਸੋਬਾਰ ਥੌਮਸਨ ਮਾਡਲ ਐਂਡ ਇਟਸ ਲਿਮਿਟੇਸ਼ਨ ਅ ਰਦਰਫੋਰਡ ਮਾਡਲ ਐਂਡ ਇਟਸ ਲਿਮਿਟੇਸ਼ਨ ਇਸ ਪੋਰਸ਼ਨ ਨੂੰ ਹੁਣ ਦੇਖਣਾ ਨੇ ਹੈ ਅਸੀਂ ਓਕੇ ਇਹ ਪੋਰਸ਼ਨ ਨੂੰ ਛੱਡ ਕੇ ਬਾਕੀ ਦਾ ਰਿਮੇਨਿੰਗ ਪੋਰਸ਼ਨ ਜੋ ਕਰਨਾ ਹੈ ਉਸ ਦੀ ਮੈਂ ਤੁਹਾਨੂੰ ਜਲਦੀ ਹੀ ਜਿਹੜੀ ਹੈ ਜਾਣਕਾਰੀ ਦੇ ਰਿਹਾ ਥੈਨ 3rd ਲੈਸਨ ਕਲਾਸੀਫਿਕੇਸ਼ਨ ਆਫ 엘మెంట్స్ ਐਂਡ ਪੀਰੀਓਡਿਸੀਟੀ ਇਨ ਪ੍ਰੋਪਰਟیز ਇਸ 3rd ਲੈਸਨ ਦੇ ਵਿੱਚੋਂ ਅਸੀਂ ਸਿਗਨੀਫਿਕੈਂਸ ਆਫ ਅ ਕਲਾਸੀਫਿਕੇਸ਼ਨ ਬਰੀਫ ਹਿਸਟਰੀ ਆਫ ਡਵੈਲਪਮੈਂਟ ਆਫ ਪੀਰੀਆਡਿਕ ਟੇਬਲ ਤੋਂ ਇਸ ਪੋਸਟ ਨੂੰ ਛੱਡਣਾ ਹੈ ਜੋ ਕਰਨਾ ਹੈ ਉਸ ਦੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਜਾਏਗੀ ਕੈਮੀਕਲ ਬੌਂਡਿੰਗ ਇੱਕ ਇੰਪੋਰਟੈਂਟ ਲੈਸਨ ਹੈ ਇਸ ਨੂੰ ਕੀਤੇ ਬਿਨਾ ਬੱਚਾ +2 ਦੀ ਕੈਮਿਸਟਰੀ ਨਹੀਂ ਸਮਝ ਸਕਦਾ ਇਸ ਕਰਕੇ ਇਹਦੇ ਵਿੱਚੋਂ ਕੁਝ ਵੀ ਡਿਲੀਟ ਨਹੀਂ ਕੀਤਾ ਔਰ ਕਿਸੇ ਬੱਚੇ ਦੀ ਕੋਈ ਵੀ ਪ੍ਰੋਬਲਮ ਅਗਰ ਇਸ ਲੈਸਨ 'ਚ ਹੋਏ ਬੇਟਾ ਮੈਨੂੰ ਜਰੂਰ ਜਿਹੜਾ ਹੈ ਕੰਟੈਕਟ ਕਰੋ ਮੈਂ ਤੁਹਾਨੂੰ ਇਸ ਦੇ ਲਈ ਕੋਈ ਵੀਡੀਓ ਲੈਕਚਰ ਜਾਂ ਇਸ ਦੇ ਲਈ ਤੁਹਾਨੂੰ ਜਿਹੜਾ ਅ ਪ੍ਰਿੰਟਡ ਸਲੇਵ ਮੈਟਰ ਜਿਹੜਾ ਹੈ ਉਹ ਵੀ ਪ੍ਰੋਵਾਈਡ ਕਰਾਂਗਾ స్టేట్స్ ਆਫ ਮੈਟਰ ਗੈਸਸਸ ਐਂਡ ਲiquid ਇਸ ਦੇ ਲਈ ਇਸ ਲੈਸਨ ਚੋਂ ਇਕਵੇਸ਼ਨ ਆਫ ਗੈਸਸਸ ਕ੍ਰਿਟੀਕਲ ਟੈਂਪਰੇਚਰ ਕਾਈਨੇਟਿਕ એનર્ਜੀ ਮੋਲੀਕੂਲਰ ਸਪੀਡਸ ਲੀਕੁਇਡ ਸਟੇਟ ਵੇਪਰ ਪ੍ਰੈਸ਼ਰ ਵਿਸਕੋਸਟੀਨ ਸਰਫਸ ਟੈਂਸ਼ਨ तो मतलब कि मैक्सीम पोर्शन स्टेट्स ऑफ मैटर एंड गैसज लिकुड विचों डिलीट कर दिया गया है कैमिकल थर्मो थर्मोडायनामिक्स के अंदर हीट कपैसिटी स्पैसीफिक हीट कपैसिटी क्राइटीरिया फॉर इकोलीबरीयम मेजर पोर्शन जो है वह डिलीट कर दिता गया है इकोलिब्रियम लैसन के हाइड्रोलिस ऑफ साल्ट हार हैंजनस इक्ुएशन यार डिलट है रेडॉक्स अडियक्शन के अंदर ਐਪਲੀਕੇਸ਼ਨਸ ਆਫ ਰੈਡੌਕਸ ਰੈਸ਼ਨ ਬੋਰਡ ਨੇ ਉਹੀ ਸਿਲੇਬਸ ਦੇ ਪੋਰਸ਼ਨ ਨੂੰ ਡਿਲੀਟ ਕੀਤਾ ਹੈ ਜਿਸ ਦੀ ਤੁਹਾਨੂੰ ਪਲੱਸ 2 ਦੇ ਅੰਦਰ ਜ਼ਰੂਰਤ ਨਹੀਂ ਹੈ ਜਿਸ ਪੋਰਸ਼ਨ ਦੀ ਪਲੱਸ 2 ਦੇ ਅੰਦਰ ਜਾ ਕੇ ਜ਼ਰੂਰਤ ਪੈਗੀ ਆਇਦਰ ਉਹ ਟਿਪੀਕਲ ਹੈ ਜਾਂ ਸੋਖਾ ਹੈ ਉਸ ਨੂੰ ਸਿਲੇਬਸ ਦੇ ਅੰਦਰ ਰੱਖਿਆ ਗਿਆ ਹੈ ਹਾਈਡਰੋਜਨ ਇਹਦੇ ਵਿੱਚੋਂ ਪ੍ਰੈਪਰੇਸ਼ਨ ਪ੍ਰੋਪਰਟੀਆਂ ਐਂਡ ਯੂਜ਼ ਆਫ ਹਾਈਡਰੋਜਨ ਹਾਈਡਰੋਜਨ ਪਰਆਕਸਾਈਡ ਪ੍ਰੈਪਰੇਸ਼ਨ then reaction reactions structures एंड यूज ओके तो बेटा ये वैसे मेजर पोशन जो हाइड्रोजन करने वाला से ये डिलीट कर दिता गया बहुत थोड़ा सा पोर्शन रह गया हाइड्रोजन लैसन चो एस एंड पी चो बहुत बड़े टॉपिक जोड़े डिलीट कर दिए गए एस ब्लॉक चो प्रेपरेशन एंड प्रोपर्ट ऑफ सम इम्पोर्टेंट कंपाउंड सोडियम कार्बोनेट सोडियम क्लोराइड सोडियम हाइड्रोकसाइड सोडियम हाइड्रोजन कार्बोनेट बायोलॉजिकल इंपॉर्टेंस ऑफ सोडियम पोटेशियम कैल्शियम ऑक्साइड एंड कैल्शियम कार्बोनेट एंड देयर इंडस्ट्रियल यूज बायोलॉजिकल इंपॉर्टेंस ऑफ मैग्नीशियम एंड कैल्शियम बहुत मेजर पोर्शन सिगा इसको डिलीट कर ਦਿੱਤਾ ਗਿਆ बहुत थोड़ा सा पोर्शन जो रह गया जो करना है उस टाइम वीडियो ਤੁਹਾਨੂੰ ਕੱਲ ਜਾਂ ਪਰਸੋਂ ਤੱਕ ਜਰੂਰ ਤੁਹਾਨੂੰ ਦੇ ਦੇਵਾਂਗਾ पी ब्लॉक ਦੇ ਵਿੱਚੋਂ सम इंपॉर्टेंट कंपाउंड बोरेक्स बोरिक एसिड बोरन हाइड्राइड अलमीनियम रिएक्शन विद एसिड एंड अलकीज़ एंड इन सारे यूज, डिलीट कर दते गए हैं दैन कार्बन यूज ऑफ सम इंपोर्टेंट कंपाउंड ऑक्साइड इंपोर्टेंट कंपाउंड ऑफ सिलीकन एंड फ्यू यूज सिलीकॉन टैक्ट्रॉक्लोराइड सिलीकॉन सिलीकेट एंड जियोलाइट एंड यूज बहुत बड़ा पोर्सन जरा है पी ब्लॉकों भी कट मार दिता गया है ਜੋ ਕਰਨਾ ਹੈ ਉਸ ਬਾਰੇ ਤਾਂ ਨੂੰ ਨੋਲਿਜ ਦੇ ਦਿੱਤੀ ਜਾਏਗੀ 12ਵਾਂ ਲੈਸਨ ਜਿਹੜਾ ਆਰਗੈਨਿਕ ਕੈਮਿਸਟਰੀ ਦਾ ਪੋਰਸ਼ਨ ਸੀਗਾ ਆਰਗੈਨਿਕ ਕੈਮਿਸਟਰੀ ਸਮ ਬੇਸਿਕ ਪ੍ਰਿੰਸੀਪਲ ਮੈਥਡ ਆਫ ਪਿਉਰੀਫਿਕੇਸ਼ਨ ਕੁਆਂਟੀਟੇਟਿਵ ਐਂਡ ਕੁਆਲਿਟੇਟਿਵ ਅਨਾਲਿਸਿਸ ਜਿਹੜਾ ਹੈ ਇਸ ਨੂੰ ਛੱਡਿਆ ਗਿਆ ਮਤਲਬ ਇਸ ਦੇ ਵਿੱਚੋਂ ਇਹ ਬਹੁਤ ਛੋਟਾ ਸਾ ਪੋਰਸ਼ਨ ਹੀ ਹੈ ਜਿਹੜਾ ਡਿਲੀਟ ਕੀਤਾ ਬਿਕੋਜ਼ ਬੋਰਡ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਅਹਿਸਾਸ ਹੈ ਕਿ ਅਗਰ ਬੱਚਾ ਇਹ ਇੰਪੋਰਟੈਂਟ ਲੈਸਨ ਆਰਗੈਨਿਕ ਦਾ ਛੱਡੇਗਾ तो प्लस टू चे अच्छा नहीं कर पाएगा तो इस रखा गया हाइड्रोकार्बन इन सिर्फ फ्री रेडिकल मैकनिज़म ऑफ हैलोजिनेशन कंबर्शन एंड पारोलिसिस इस टॉपिक न छोड़या गया बहुत थोड़ा सा टॉपिक है और लास्ट लैसन जो एनवायरमेंटल कैमिस्ट्री एंटायर चैप्टर जरा हम डिलेटड है इसनों नहीं करना अगे चलो तो बेटा सू एक प्रैक्टिकल कापी प्लस वन और प्लस टू दे लिए ਫਿਜ਼ਿਕਸ ਕਿਮਿਸਟਰੀ ਬਾਇਓ ਦੇ ਲਈ ਜਿਹੜੀ ਇਹ ਬਣਾਣੀ ਪੈਣੀ ਆ ਔਰ ਇਹ ਕੰਪਲਸਰੀ ਹੈ ਹਰ ਬੱਚੇ ਦੇ ਲਈ ਤੋਂ ਅਸੀਂ ਫਿਜ਼ਿਕਲੀ ਅਟ੍ਰੈਕਸ਼ਨ ਤੋਂ ਕਰ ਨਹੀਂ पाए ਇੱਕ ਦੂਜੇ ਨਾਲ ਮਿਲ ਨਹੀਂ पाए ਤੋਂ ਪ੍ਰੈਕਟੀਕਲ ਵੀ ਨਹੀਂ ਕਰ पाए ਤੋਂ ਬੋਰਡ ਨੂੰ ਇਸ ਗੱਲ ਦਾ ਅਹਿਸਾਸ ਹੈ ਉਹਨਾਂ ਨੇ ਉਹ ਪੋਰਸ਼ਨ ਪ੍ਰੈਕਟੀਕਲ ਦਾ ਵੀ ਡਿਲੀਟ ਕੀਤਾ ਹੈ ਜੋ ਬੱਚੇ ਨੇ ਪਰਫਾਰਮ ਲੈਬ ਦੇ ਅੰਦਰ ਕਰਨਾ ਸੀ ਪਰ ਜੋ ਹੁਣ ਬੱਚੇ ਨੇ ਪ੍ਰੈਕਟੀਕਲ ਕਿਸ ਦੀ ਬਣਾਣੀ ਹੈ ਬੱਚੇ ਨੂੰ ਅਗਰ ਪ੍ਰੈਕਟੀਕਲ ਦਾ ਨਾਮ ਪਤਾ ਲੱਗ ਜੇ ਇਹ ਵਾਲੇ ਨਾਮ ਦੇ ਪ੍ਰੈਕਟੀਕਲ ਕਰਨੇ ਹਨ बिकॉज़ ਹਰੇਕਾ ਕਾਪੀ ਦੇ ਅੰਦਰ ਸਾਰੇ ਪ੍ਰੈਕਟੀਕਲ ਜਿਹੜੇ ਹਨ ਲਿਖੇ ਹੁੰਦੇ ਹਨ ਉਹਨਾਂ ਚੋਂ ਮੈਂ ਪ੍ਰੈਕਟੀਕਲ ਨਾਮ ਔਰ ਨੰਬਰ ਲਿਖ ਕੇ ਤੁਹਾਨੂੰ ਜਿਹੜਾ ਹੈ ਸਿਲੇਬਸ ਦੇ ਨਾਲ ਪ੍ਰੈਕਟੀਕਲ ਦਾ ਪੋਰਸ਼ਨ ਵੀ ਨਾਲ ਸੈਂਡ ਕਰਾਂਗਾ ਇਸ ਨੂੰ ਤੁਸੀਂ ਇਸ ਨਵੰਬਰ ਮਹੀਨੇ ਦੇ ਵਿੱਚ ਹੀ ਆਪਣੀ ਪ੍ਰੈਕਟੀਕਲ ਕਾਪੀ ਕੰਪਲੀਟ ਕਰ ਲਓ ਤਾਂ ਕਿਸੇ ਦਿਨ ਜਿਹੜਾ ਹੈ ਇਸ ਨੂੰ ਤੁਸੀਂ ਮਾਹੌਲ ਠੀਕ ਰਹੇਗਾ ਤਾਂ ਮੇਰੇ ਕੋਲ ਆ ਕੇ ਮੈਂ ਤੁਹਾਨੂੰ ਕਾਲ ਕਰਾਂਗਾ ਮੇਰੇ ਕੋਲ ਆ ਕੇ ਕਾਪੀ ਜਿਹੜੀ ਆ ਮਾਰਕਰ ਵਾਲਾ ਲੈਣਾ ਬਿਕੋਜ਼ ਕਾਪੀ ਦੇ ਤੁਹਾਨੂੰ ਬੇਟਾ 20 ਨੰਬਰ ਜਿਹੜੇ ਆ ਇਹ ਫ੍ਰੀ ਆਫ ਕੋਸ ਜਿਹੜੇ ਬੀ ਨੰਬਰ ਮਿਲ ਨਹੀਂ ਮਿਲਨੇ ਆ ਠੀਕ ਹੈ ਨਾ ਬਟ ਅੱਛਾ ਇਮਪ੍ਰੈਸ਼ਨ ਉਸੇ ਬੱਚੇ ਦਾ ਪੈਂਦਾ ਜੋ ਟੀਚਰ ਦੇ ਕੈਨਸਰ ਕਾਪੀ ਬਣਾ ਵੀ ਲੈਂਦਾ ਜੋ ਕਾਪੀ ਹੀ ਨਹੀਂ ਬਣਾਏਗਾ ਉਸ ਨੂੰ ਜਿਹੜਾ ਇਹ ਬੀ ਨੰਬਰ ਜਿਹੜੇ ਹੈ ਇੱਕ ਤਾਂ ਗੱਲ ਦੀ ਗਾਰੰਟੀ ਹੈ ਕਿ 20 ਨਹੀਂ ਨੰਬਰ ਮਿਲਣਗੇ ਤੋਂ ਬਾਕੀ ਇਮਪ੍ਰੈਸ਼ਨ ਵੀ ਜਿਹੜਾ ਹੈ ਬੱਚੇ ਦਾ ਖਰਾਬ ਰੈਂਡਾਈਸ ਕਰਕੇ ਕਾਪੀ ਜਿਹੜੀ ਹੈ ਕੰਪਲਸਰੀ ਹੈ ਓਕੇ ਥੈਂਕ ਯੂ ਬੇਟਾ ਇਹ ਪੀਡੀਐਫ ਨੂੰ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ ਤੋਂ ਇਹ ਡਿਲੀਟਡ ਪੋਰਸ਼ਨ ਨੂੰ ਛੱਡ ਕੇ ਬਾਕੀ ਦਾ ਪੋਰਸ਼ਨ ਜਿਹੜਾ ਹੈ ਉਸ ਨੂੰ ਅਸੀਂ ਹੁਣ ਕਰਨਾ ਹੈ ਓਕੇ ਗੁੱਡ ਲੱਕ